ਭੈਣ ਸਾਹਬ ਦੀ ਨਿਕਲ ਆਈ ਆ ਭਾਜੀ ਜੇ ਜ਼ਿਆਦਾ ਪਰੇਸ਼ਾਨੀ ਮੈਂ ਕੱਲ ਆ ਜਾਂਦਾ ਫਿਰ ਕੰਜਰਾ ਪੈਰ ਚੁੱਕ ਦੇਖੋ ਭਾਈਆਂ ਤੁਸੀਂ ਮੋਟਰਸਾਈਕਲ ਸਟਾਰਟ ਕਰ ਰਹੇ ਜੇ ਮੇਰੀ ਗੱਲ ਤਾਂ ਸੁਣੋ ਠੀਕ ਹੈ ਭੈਣਾਂ ਜਦੋਂ ਜਾਂਦੀਆਂ ਮਸਲੇ ਹੁੰਦੇ ਨੇ ਲੇਕਿਨ ਤੁਹਾਨੂੰ ਫਖਰ ਹੋਣਾ ਚਾਹੀਦਾ ਆਪਣੇ ਬਹਿਨੋਈ ਤੇ ਮੈਂ ਆਪਣੀ ਜ਼ਿੰਦਗੀ ਨੂੰ ਖੁਸ਼ ਰੱਖਾਂਗਾ ਇਹ ਮੇਰੀ ਮੁਹੱਬਤ ਹੈ ਕਦੀ ਟੈਨਸ਼ਨ ਨਹੀਂ ਆਏਗੀ ਰੋਣਾ ਤੁਸੀਂ ਮੇਰੇ ਕੋਲ ਚੀਜ਼ਾਂ ਨਹੀਂ ਮਿਲਦੀਆਂ ਜਾਂਦੀਆਂ ਆਹ ਮੇਰੀ ਜ਼ਿੰਦਗੀ ਚੱਲੀਏ ਕੋਈ ਗੱਲ ਨਹੀਂ ਜਦੋਂ ਬਚਪਨ 'ਚ ਤੁਸੀਂ ਇੱਥੇ ਰਹੇ ਜੇ ਵੱਡੇ ਹੋਏ ਜੇ ਘਰ 'ਤੇ ਯਾਦ ਆਉਂਦਾ ਹੀ ਹੈ ਨਾ ਮੇਰੀ ਜ਼ਿੰਦਗੀ ਘਬਰਾਉਣਾ ਨਹੀਂ ਮੇਰੀ ਜਾਨ ਮੈਂ ਰੋਣੇ ਮੁਕਾ ਦਿਆਂਗਾ ਸਿਆਪੇ ਮੁੱਕ ਜਾਣਗੇ ਤੈਨੂੰ ਆ ਤੂੰ ਮੇਰੇ ਨਾਲ ਦੇਖੋ ਜਾਨ ਮੈਨੂੰ ਪਤਾ ਕੋਈ ਘਰ ਯਾਦ ਆਉਂਦਾ ਹੈ ਗੁੱਡੀਆਂ ਪਟੋਲੇ ਯਾਦ ਆਉਂਦੇ ਨੇ ਲੇਕਿਨ ਇਹ ਮੈਂ ਉੱਥੇ ਯਾਦ ਹੀ ਨਹੀਂ ਆਉਂਦੇ ਨੇ 4G ਨੇ ਹੋਰ ਧਿਆਨ ਲਾਈ ਰੱਖਣਾ ਤੁਸੀਂ ਟੈਨਸ਼ਨ ਨਾ ਲਵੋ ਇਹਦੀ ਤੁਹਾਨੂੰ ਫਿਕਰ ਹੀ ਨਹੀਂ ਹੋਣੀ ਕਿਸੇ ਗੱਲ ਦੀ ਤੁਸੀਂ ਨਾ ਰਹੋ ਮੇਰੀ ਜ਼ਿੰਦਗੀ ਆਹ ਮੇਰੇ ਨਾਲ ਮੈਡਮ ਕੋਈ ਪੈਂਪਰ ਲੀਕ ਹੋ ਗਿਆ ਤੁਹਾਡਾ ਮਤਲਬ ਕਾਹਦੇ ਰੋਣੇ ਚੜੇ ਨੇ ਤੁਹਾਨੂੰ ਜੋ ਉੱਥੇ ਕੀ ਰੋਣਾ ਜਾ ਕੇ ਮਾਂ ਯਾਦ ਆ ਰਹੀ ਹੈ ਭੈਣ ਯਾਦ ਆ ਰਹੀ ਭਰਾ ਯਾਦ ਆ ਰਿਹਾ ਤੇ ਰੋ ਕਿਉਂ ਰਹੀ ਹੈ ਛੱਡ ਜਾਂਗੀ ਮੈਂ ਉਹਨੂੰ ਉਹ ਕੀ ਸਮਝਦਾ ਮੈਂ ਉਹਦੇ ਬਗੈਰ ਰਹਿ ਨਹੀਂ ਸਕਦੀ ਨਹੀਂ ਰਹਿ ਮੈਂ ਰਹਿ ਲਾਂਗੀ ਉਹਦੇ ਬਗੈਰ ਤੁਸੀਂ ਮੇਰੇ ਸਰਤਾਜ ਹੋ ਕੀ ਕਹਿ ਰਹੇ ਮੈਡਮ ਤੁਸੀਂ ਰੋਜ਼ ਮਿਲਦੀ ਸੀ ਉਹਨੂੰ ਜ਼ਾਕਾ ਲੂਜ਼ਾ ਵੀ ਹੋਇਆ ਸੀ ਹੁਰਲਪੋਪਾ ਵੀ ਹੋਇਆ ਸੀ ਯਬਨ ਕਟੀਟੇ ਵੀ ਮੈਨੂੰ ਚੱਲਿਆ ਮਾਲ ਦੇਤਾ ਜੇ ਕਿਸੇ ਗੁੱਦੀ ਨਜ਼ਰ ਦਿਓ ਤੁਹਾਡੇ ਪੇੜੇ ਗਰਗ ਹੋ ਜਾਣਗੇ ਤੇ ਮੈਨੂੰ ਦੱਸਣ ਦੀ ਕੀ ਜ਼ਰੂਰਤ ਸੀ ਕਿਉਂ ਦੱਸਿਆ ਮੈਨੂੰ ਤੁਹਾਨੂੰ ਇਸ ਗੱਲੋਂ ਦੱਸਿਆ ਸਰਤਾਜ ਜਿਹੜਾ ਤੁਸੀਂ 2 ਲੱਖ ਰੁਪਇਆ ਦਿੱਤਾ ਸੀ ਨਾ ਉਹ ਕੰਜਰ ਲੈ ਕੇ ਨੱਸ ਗਿਆ ਏ ਓਏ ਲੱਗ ਰਿਹਾ ਤੁਹਾਡੀਆਂ ਭੈਣਾਂ ਨੂੰ ਬਵਾਸੀਰ ਹੋਏ ਓਏ ਓਏ ਤੁਹਾਡੀਆਂ ਭੈਣਾਂ ਦੀਆਂ ਧੁਨੀਆਂ ਦੇ ਫੋੜੇ ਨਿਕਲ ਗਏ ਓਏ ਖਾਨੇ ਖਰਾਬ ਹੋ ਜਾਣੇ ਨੀ ਮੀਸਰੀਏ ਮਸਟੰਡੀਏ ਤੇਰਾ ਅੱਲਾ ਕਰੇ ਤੈਨੂੰ ਫੰਕਸ਼ਨ 'ਚ 1 ਕਰੋੜ ਰੁਪਇਆ ਨਾਮ ਹੋਵੇ ਘਰ ਜਾ ਕੇ ਗਿਣੇ ਜਲ ਹੀ ਨਿਕਲੇ ਸਾਰਾ ਹੀ ਓਏ ਕਿਸੇ ਗੁੱਦੀ ਨਜ਼ਰ ਜਾ ਵੇਲੇ ਸਾਡੀ ਨੱਕ ਵਜਾ ਤੂੰ ਮੈਡਮ ਓਏ 4G ਲੁੱਟਿਆ ਗਿਆ 4G ਦੇ ਬੇੜੇ ਗਰਗ ਹੋ ਗਏ ਹੌਸਲਾ ਭੁੱਲਿਆ ਹੌਸਲਾ ਕੀ ਉਹ ਕੰਦੀ ਨਿਕਲ ਆਈ ਤੁਹਾਡੀ ਭੈਣ ਨੂੰ ਤੁਹਾਡੀ ਨੂੰ ਇੱਕ ਬਿਮਾਰ ਇੱਕ ਕੰਦੀ ਨਿਕਲ ਆਈ ਹੈ ਇਹ ਬੇੜੇ ਗਰਗ ਹੋ ਗਏ ਗੱਲ ਖਰਾਬ ਹੋ ਗਏ ਇਹਨਾਂ ਕੋ ਮੈਂ ਹੱਲ ਕੱਢਨੇ ਆ ਹੌਸਲਾ ਅੰਮੀ ਕੋ ਯਾੜਾ ਅੰਮੀ ਕੋ ਯਾੜਾ ਉਹਦੇ ਸਵੇਰੇ 4 ਵਜੇ ਆਉਣਾ ਮੈਂ ਆਪਣੀ ਕੋ ਜਾਣਾ ਮੈਂ ਤੁਹਾਡੀ ਕੋ ਕੀ ਕਰੇ ਜਾਣਾ ਬੇੜੇ ਗਰਗ ਭੁੱਲੇ ਫਿਕਰ ਨਾ ਕਰ ਤੈਨੂੰ ਮੈਂ ਆਪਣੀ ਭੈਣ ਦਾ ਰਿਸ਼ਤਾ ਦਿੰਦਾ ਤੂੰ ਮੇਰੀ ਦਾ ਲੈਣਾ ਮੈਂ ਨਹੀਂ ਤੇਰੀ ਨਾ ਕਰਨਾ ਜਾ ਗੋ ਮੇਰੀ ਆ ਗਏ ਮੇਰੇ ਤੇਰੀ ਭੈਣ ਦੇ ਖਾਨੇ ਖਰਾਬ ਹੋਏ ਹੋਣੇ ਨੇ ਓ ਇੱਕ ਵਾਰੀ ਵੇਖ ਇਹ ਬੇੜੇ ਚੱਟ ਹੋਏ ਹੋਣੇ ਭੈਣ ਤੇਰੀ ਦੇ ਮੈਂ ਨਹੀਂ ਕਰਨਾ ਤਾਂ ਮੂੰਹ ਦੇ ਭੈਣ ਕੇ ਅਜਦੀ ਉੜੀ ਆ ਓ ਨਹੀਂ ਨਹੀਂ ਉਹ ਅੰਮੀ ਤੇ ਗਈ ਏ ਅੰਮੀ ਕਿੱਥੇ ਗਈ ਸੀ ਅੰਮੀ ਤੇਰੇ ਵਾਰੀ ਕਿਉਂ ਨਹੀਂ ਗਈ ਅੰਮੀ ਤੇਰੇ ਵਾਰੀ ਕਿੱਥੇ ਕੁੱਲੀਆਂ 'ਚ ਵੜੀ ਰਹੀ ਆ ਮਲੋਕ ਖਾਂਦੀ ਰਹੀ ਕੀ ਕਰਦੀ ਰਹੀ ਮਾਂ ਤੇਰੀ
तीसरी मां चो तू पर तेरी मैं तू पर जड़ी पहली च सोने की कर लिया बीमारी चल आता चल अल्लाह की राह गया सोच ओदी भैण नूं व्याह के तू घर लै जांदा ओदा दोस्त ओनू मिलन आंदा ओ खार खा के तेरी धौ नहीं वढ दिंदा फिर हाई नक मैं किवें पौना हेलो सब तो प्यारी आ की हाल है जी मैं जनाब मैं तुहाडा खावां दा भला फौर जी बड़े शो पैक जाने चाहिए भैन वाह 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 बड़ी गल है जनाब जी हुक्म करो जान अच्छा देखो मेरी गल सुनो जी जी मैं सारी जिंदगी ताड़े कदमा च रहांगी जी ठीक है जी बस मैं तकलीफ ना देना भाई फिर इंज करो ना तुसी भैन उमरे ते भेज दियो मान लो मेरी गल फिर तकलीफ भी उत्थे ही नहीं हुंदी भाई इत्थे ते होनी आ भाई ओ कह रही है कि सारी सारी जिंदगी मेरे को मुंह ना मोड़ना मेरे ना बेवफाई ना करना है तकलीफ कह रही है अच्छा अच्छा मैं होर मैटर समझिया मावरा तन नहीं ऐसी कोई गल नहीं मैं तेरे ना मोहब्बत करांगा तू घबरा ना मेरी जिंदगी ठीक हो गया जी मैं पूरी पूरी रात ताड़ियां लत्ता कुटांगी अच्छा जी बस मैं तकलीफ ना देना बड़वा की हो रहा इत्थे भैया ना उन्हूं दसो हसबे तफीक ते होनी आ भाई ना हल्की फुल्की होंगी है तुम भैन वाले जे समझो इन्होंने गलों तुम भी दुनिया से आए जे तकलीफ हुई तो आए जे ना देखो मेरी गल सुनो इस तरह अच्छी गल नहीं है ओ फौर जी ओ गल नहीं ओ कहंदी मेरियां अक्खां चथरू ना आउण मैनूं दुखी ना करना अच्छा तकलीफ कह रही नहीं तू घबरा ना तू कित्थे दुखी तू टेंशन ना लै मेरी जिंदगी मेरी गल सुनो जी जी तुम जिस तरह कहोगे मैं उस तरह ही करांगी जी मेरी जिंदगी बस मैं तकलीफ ना देना भाई यार लक तुसी रख लो लक मैनू दे दो तुसी आयो मेरी गल मान लो मेरी गल मैं लानत पाउना ऐसी तकलीफ दे यार की यार तू गल मैं नेजा लेके आना है मैं टीपू सुल्तान दी लड़ी चो तकलीफ ना देना ओंदे धौण ला देनी है जी मैं है यार गल पागल आ गए तुसी यार यार तू और नहीं गल समझदा तकलीफ ना गलत गल है जो मैं कहवा मैं लेके जाई शॉपिंग ज्वेलरी मेकअप ए कह रही है अच्छा मैं इस गल दी तकलीफ ना देना मैं समझा पता नहीं सरकारी काम तो रोक रही है ओ तियां तियाणियां रुखसत होण लगे बहुत कुछ कहंदियां हां ओ कह गई जो कहना सी बस तू घबरा ना मदे सुहाग रात अच्छा हाय कुंडी लगेगी ओए लगेगी दूध दा गिलास बेड शीट आए फुल्लां दियां पत्तियां चिट्टी चादर मजे इंज करके तेरा मैं कुंड चुकना उदो तू गई मैनू जगली होना जरा तो मैं मंजना नहीं आ बकवास अपना हो कि पैसे लेंगे बकवास हो किलो दी 70 की मतलब
ਬਕਵਾਸ ਬੰਦ ਕਰੋ ਫਿਰ ਓਏ ਇਹ ਕੌਣ ਹੈ ਓਏ ਡਾਕਟਰ ਹੈ ਓਏ ਡਾਕਟਰ ਨੇ ਤਾਂ ਥੱਲੇ ਕੰਟੀਨ ਤੇ ਕੰਮ ਕਰਦੇ ਨੇ ਇਹ ਪੈਣਾ ਫਿਰ ਕੰਟੀਨ ਤੇ ਚੈੱਕ ਕਰਾਂਦੇ ਅੱਛਾ ਇਹ ਮੈਨੂੰ ਉਹ ਲੱਗਦਾ ਜਿਹੜਾ ਮੋਟੂ ਪਤਲੂ ਜਿਹਾ ਕਹਿੰਦਾ ਆਏ ਸਮੋਸਾ ਬਕਵਾਸ ਨਾ ਕਰੋ ਡਾਕਟਰ ਹੈ ਡਾਕਟਰ ਚੁਣੇ ਤੇ ਐਮਬੀਬੀਐਸ ਮਾਹਰੀ ਮਰਾ ਫਿਰ ਸੇ ਬੋਲੇ ਸਪੈਸ਼ਲਿਸਟ ਪੇਟ ਦੂਰ ਫਿੱਟ अच्छा जनाब आपकी सिस्टर कहाँ है मैंने बोला भाई वो शादी कर दी मैंने ओ यार रुकती होगी जी माशाल्लाह आज तो वलीमे ते चले हैं ओ यार कुछ भैणा होंदियां ने जेड़ियां नहीं व्याही दियां ओ घर बैठियां मुनाफा दे देंदियां बकवास कर रहे हो तुसी चंगा नहीं कीता उंदी शादी करके ओ यार जी दो दिन पहला दी रिपोर्ट है तुहाडी भैण ते मुंडा बन गई हां की तुहाडी मुंडा बन गई हां